ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਭਰਾਵਾਂ ਨੂੰ ਸਾਰੇ ਵੀਰਾਂ ਦਾ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਜੀ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਭਾਈ ਸੱਜਣ ਮਿੱਤਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਫੋਟੋਆਂ ਦੇ ਵਿੱਚ ਥੱਲੇ ਸ਼ੋਅ ਹੁੰਦਾ ਪਿਆ ਹੋਊ ਪੀਲੇ ਅੱਖਰਾਂ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਨੰਬਰ ਨੇ ਉਹ ਸਾਡੇ ਚੈਨਲ ਦੇ ਹਰਪਲਾਈ ਨੰਬਰ ਨੇ ਤੁਸੀਂ ਐਡ ਪਵਾ ਸਕਦੇ ਹੋ ਸਾਥੋ ਅੱਜ ਆਪਣੇ ਕੋਲੇ ਟਰੈਕਟਰ ਆ ਜਾਂਦਾ ਜੀ ਸੋਨਾਲੀਕਾ 60 ਦੇਖ ਸਕਦੇ ਹੋ ਜੀ ਸਿਕੰਦਰਮੋੜ ਟਰੈਕਟਰ ਬਹੁਤ ਯਾਰ ਦੇ ਦਿੱਤੀ ਵਰੀਆ ਅਬ ਕੁਆਲਟੀ ਦੇ ਵਿੱਚ ਟਰੈਕਟਰ ਪਿਆ ਹੋਇਆ 2020 ਮਾਡਲ 3 ਸਪੀਡ ਚੇਂਜਰ ਗੇਰਾਂ ਵਾਲਾ ਚੇਂਜਰ ਗੇਰਾਂ ਵਾਲਾ 3 ਸਪੀਡ ਹੈ ਜੀ ਟਰੈਕਟਰ ਪੂਰਾ ਸਾਫ਼ ਆ ਟੌਪ ਮਾਡਲ ਆ ਹਾਲਤ ਵਗੈਰਾ ਪੂਰੀ ਚੰਗੀ ਪਈ ਹੋਈ ਆ ਟਾਇਰ ਵਗੈਰਾ ਚੰਗੇ ਨੇ ਸਿੰਗਲ ਪੀਸ ਹੱਡ ਬੋਨਟ ਆ ਜੀ ਕੰਪਨੀ ਵਾਲਾ ਬੰਪਰ ਲੱਗਾ ਹੋਇਆ ਜੀ ਰੇਟ ਹੈਗਾ ਜੀ 655 6 ਲੱਖ 55000 ਰੁਪਿਆ ਰੇਟ ਆ ਬਾਕੀ ਮੌਕੇ ਦੇ ਉੱਪਰ ਜੋ ਘਾਟਵਾਦ ਰੇਡ ਦੇ ਵਿੱਚੋਂ ਜ਼ਰੂਰ ਕੀਤੀ ਜਾਵੇਗੀ ਮਾਲਕਾਂ ਦੇ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਜਿਹੜੇ ਥੱਲੇ ਦੇ ਰਹੇ ਹਾਂ ਨੰਬਰ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਅੱਗੇ ਆਪਣੇ ਕੋਲੇ ਆ ਜਾਂਦਾ ਜੀ ਅਰਜਨ 605 ਅਰਜਨ 605 ਟਰੈਕਟਰ ਬਿਲਕੁਲ 올 ओरिजिनल ਆ ਜੀ ਬਿਲਕੁਲ ਨਵਾਂ ਪੀ ਸਟਾਰਟ ਪਿਆ ਹੋਇਆ ਵਾ 2009 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ ਜੀ 90 ਪੈਸੇ ਟਰੈਕਟਰ ਦੇ ਇਸ ਸਮੇਂ ਟਾਇਰ ਪਏ ਹੋਏ ਨੇ 90 ਪੈਸੇ ਟਾਇਰ ਪਏ ਹੋਏ ਨੇ ਨਿਹਾਲ ਸਿੰਘ ਵਾਲਾ ਏਰੀਆ ਜੀ ਨਿਹਾਲ ਸਿੰਘ ਵਾਲਾ ਏਰੀਆ ਜੀ ਮੋਗਾ ਜ਼ਿਲ੍ਹੇ ਦੇ ਵਿੱਚ ਏਰੀਆ ਪੈਂਦਾ ਜੀ ਇਹ ਨਿਹਾਲ ਸਿੰਘ ਵਾਲਾ ਚੰਗਾ ਸ਼ੋ ਦਾ ਰੰਗ ਪਿਆ ਹੋਇਆ ਬਾਡੀ ਚਾਸੀ ਲੈਂਕਾ ਦਾ ਰੰਗ ਚੰਗਾ ਵਾ ਤੇ ਕੰਮ ਕੋਈ ਨਹੀਂ ਭਾਲਦਾ 3 ਲੱਖ ਤੇ 65000 ਰੁਪਇਆ ਮੁੱਲ ਆ ਜੀ 365 ਮੁੱਲ ਆ ਜੀ ਟਰੈਕਟਰ ਸਾਫ਼ ਆ ਚੰਗੇ ਰੰਗ ਪੇਂਟ ਦੇ ਵਿੱਚ ਪਿਆ ਹੋਇਆ ਵਾ ਗਾਰੰਟੀ ਮਾਲਕ ਵੀਰਾਂ ਵੱਲੋਂ ਪੂਰੀ ਚੱਕੀ ਜਾ ਰਹੀ ਆ ਬਾਕੀ ਤੁਸੀਂ ਆ ਦਾ ਮਿਸਤਰੀ ਲੈ ਜਾ ਕੇ ਕੋਈ ਬੰਦਾ ਉਹ ਜਿਹੜਾ ਲਿਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਗਾਰੰਟੀ ਪੂਰੀ ਦਿੱਤੀ ਜਾ ਰਹੀ ਹੈ ਜੀ ਮਾਲਕ ਵੀਰਾਂ ਵੱਲੋਂ ਬਾਕੀ ਕੰਮ ਟਰੈਕਟਰ ਕੋਈ ਨਹੀਂ ਭਾਲਦਾਗਾ ਜਿਰੋ ਮਰਜੀ ਜਾ ਕੇ ਚੈੱਕ ਕਰਕੇ ਤੁਸੀਂ ਸੌਦਾ ਜਿਹੜਾ ਟਰੈਕਟਰ ਦਾ ਕਰ ਸਕਦੇ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਫਾਰਮ 60 ਫਾਰਮ ਟਰੈਕ 60 ਟਰੈਕਟਰ ਜਿਹੜਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜਿਆਦਾ ਚੰਗਾ ਤੇ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਤੇ ਕੰਮ ਟਰੈਕਟਰ ਇਹ ਕੋਈ ਨਹੀਂ ਭਾਲਦਾ ਜਿਰੋ ਮਰਜੀ ਜਾ ਕੇ ਚੈੱਕ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਹਾਲਤ ਵਗੈਰਾ ਦਾ ਚੰਗਾ ਵਾ ਮਾਲਕ ਵੀਰਾਂ ਵੱਲੋਂ ਗਾਰੰਟੀ ਪੂਰੀ ਆ 2001 ਦਾ ਮਾਡਲ ਆ 2001 ਦਾ ਮਾਡਲ ਡ੍ਰੈਕਟਰ ਆ ਜੀ ਪਠੰਡਾ ਏਰੀਆ ਵਿੱਚ ਖੜਾ ਹੋਇਆ ਹੋਆ ਰੰਗ ਪੇਂਟ ਦਾ ਆਲੋਕੇ ਆ ਜੀ ਬਾਕੀ ਮਾਲਕ ਵੀਰਾਂ ਦੇ ਨੰਬਰ ਨੇ ਜਿਹੜੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਸਕਦੇ 245 ਰੇਟ ਆ ਜੀ ਜੇ MB ਚਾਂਸ ਮੰਨ ਲਓ ਬਾਈ ਜੀ ਕਾਲ ਕਈ ਵਾਰੀ ਹਨਾ ਇਹ ਨੰਬਰ ਤੇ ਨਾ ਲੱਗੇ ਤਾਂ ਤੁਸੀਂ ਇਹ ਨੰਬਰ ਤੇ WhatsApp ਦਾ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ WhatsApp ਤੇ ਮੈਸੇਜ ਕਰ ਸਕਦੇ ਜੇ ਕਾਲ ਨਾ ਲੱਗੇ ਤੇ ਮੇਰਾ ਵੀਰ ਜਿਨ੍ਹਾਂ ਨੇ ਵੀ ਟਰੈਕਟਰ ਲੈਣਾ ਹੋਵੇ ਆਹ ਦਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਸਾਫ ਆ ਚੰਗਾ ਵਾ ਸੋਹਣਾ ਟਰੈਕਟਰ ਆ ਕੰਮ ਕੋਈ ਨਹੀਂ ਭਾਲਦਾ ਜਿਰੋ ਮਰਜ਼ੀ ਜਾ ਕੇ ਚੈੱਕ ਕਰਕੇ ਸੌਦਾ ਜਿਹੜਾ ਟਰੈਕਟਰ ਦਾ ਤੁਸੀਂ ਕਰ ਸਕਦੇ ਹੋ ਗਾਰੰਟੀ ਜਿਹੜੀ ਮਾਲਕ ਵੀਰਾਂ ਵੱਲੋਂ ਪੂਰੀ ਚੱਕੀ ਜਾ ਰਹੀ ਆ ਸਾਫ ਆ ਸੋਹਣਾ ਟਰੈਕਟਰ ਪਿਆ ਹੋਇਆ ਤੇ ਕੰਮ ਜਿਹੜਾ ਟਰੈਕਟਰ ਕੋਈ ਨਹੀਂ ਭਾਲਦਾ ਅੱਗੇ ਜਾ ਕੇ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 855 ਸਵਰਾਜ 855 ਜੀ 2011 ਮਾਡਲ ਟਰੈਕਟਰ ਆ ਜੀ ਬਾਕੀ ਫੇਵਰ ਹੌਡਰ ਡੈਕ ਲੱਗਾ ਹੋਇਆ ਜ਼ਰੂਰ ਆ ਉਹ ਤੁਸੀਂ ਨਾ ਮਾਲਕਾਂ ਤੋਂ ਪੁੱਛੋ ਵੀ ਉਹ ਨਾਲ ਦੇਣਗੇ ਕਿ ਨਾ ਉਹ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਿਓ ਦੋਨੋਂ ਚੀਜ਼ਾਂ ਬਾਰੇ ਬਾਕੀ ਸਾਫ਼ ਆ ਚੰਗਾ ਪਿਆ ਹੋਇਆ 11 ਮੋਡਲ ਟਰੈਕਟਰ ਆ ਜੀ ਤੇ ਟਾਇਰ ਨੇ ਜਿਹੜੇ ਮਗਰਲੇ ਅੱਧੇ ਨੇ ਤੇ ਮੂਰਲੇ ਨਵੇਂ ਨੇ ਮੂਰਲੇ ਨਵੇਂ ਨੇ ਮਗਰਲੇ ਅੱਧੇ ਨੇ ਤੇ ਨਾਬਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਜੀ ਨਾਬਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਵਾ 380 ਰੇਟ ਆ ਜੀ 3 ਲੱਖ 80 ਹਜ਼ਾਰ ਰੁਪਿਆ ਰੇਟ ਆ ਬਾਕੀ ਮੌਕੇ ਦੇ ਉੱਪਰ ਰੇਟ ਦੇ ਵਿੱਚੋਂ ਜਿਹੜਾ ਘੱਟ ਜ਼ਰੂਰ ਕੀਤਾ ਜਾਵੇਗਾ ਮੌਕੇ ਦੇ ਉੱਪਰ ਰੇਟ ਦੇ ਵਿੱਚੋਂ ਘੱਟ ਜਿਹੜਾ ਜ਼ਰੂਰ ਕੀਤਾ ਜਾਵੇਗਾ ਮਾਲਕਾਂ ਦੇ ਸੰਪਰਕ ਦੇ ਨੰਬਰ ਨੇ ਜਿਹੜੇ ਉਹ ਆਪਾ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਮਾਲਕਾਂ ਦੇ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਖਰੀਦ ਸਕਦੇ ਤੁਸੀਂ ਸੌਤਾ ਕਰ ਸਕਦੇ ਹੋ ਮਾਲਕ ਵੀਰਾਂ ਦੇ ਨਾਲ ਬਾਕੀ ਗਾਰੰਟੀ ਤੇ ਤਸੱਲੀ ਜਿਹੜੀ ਟਰੈਕਟਰ ਦੇ ਪਾਏ ਵਿੱਚ ਉਹ ਪੂਰੀ ਚੱਕੀ ਜਾ ਰਹੀ ਹੈ ਮਾਲਕ ਵੀਰਾਂ ਵੱਲੋਂ ਉਹ ਮਾਲਕ ਵੀਰ ਪੂਰੀ ਚੱਕ ਰਹੇ ਨੇ ਕਿ ਚੰਗਾ ਵਾਹ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕੋਈ ਤੂੜ ਭੱਜ ਨਹੀਂ ਹੋएगी ਮਾਲਕਾਂ ਦੇ ਨੰਬਰ ਨੇ ਜਿਹੜੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਮਾਲਕਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਸੇਲ ਦੇ ਵਿੱਚ ਆ ਜਾਂਦਾ ਜੀ ਅੱਗੇ ਸੇਲ ਦੇ ਵਿੱਚ ਇੱਕ ਹੋਰ 855 ਆ ਜਾਂਦਾ ਵਾ ਇਹ ਹੈਗਾ ਜੀ 2009 ਮਾਡਲ 2009 ਮਾਡਲ ਟਰੈਕਟਰ ਆ ਜੀ ਸਾਫ਼ ਆ ਚੰਗਾ ਟਰੈਕਟਰ ਪਿਆ ਹੋਇਆ ਤਪਾਏ ਰਗੀ ਵਿੱਚ ਇਹ ਨਾ ਟਰੈਕਟਰ ਖੜਾ ਹੋਇਆ ਜੀ ਸਾਫ਼ ਆ ਸੋਹਣਾ ਪੇਟ ਪਿਆ ਹੋਇਆ ਵਾ ਤੇ ਕੰਮ ਟਰੈਕਟਰ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਰੇਟ ਦੇ ਵਿੱਚੋਂ ਜਿਹੜਾ ਘੱਟ ਕੀਤਾ ਜਾਵੇਗਾ ਤਾਂ ਆਪਾ ਏਰੀਆ ਜੀ ਇੰਜਨ ਗੇਅਰ ਦਾ ਆਲੋਕੇ ਆ ਚੰਗਾ ਟਰੈਕਟਰ ਪਿਆ ਹੋਇਆ ਵਾ 3,85,000 ਰੁਪਏ ਮੁੱਲ ਦਾ 3,85,000 ਰੁਪਏ ਮੁੱਲ ਦਾ ਮਾਲਕ ਵੀਰਾਂ ਵੱਲੋਂ ਜਿਹੜਾ ਮੰਗਿਆ ਜਾ ਰਿਹਾ ਬਾਕੀ ਮੌਕੇ ਦੇ ਉੱਪਰ ਘੱਟ ਜਿਹੜਾ ਜਰੂਰ ਕੀਤਾ ਜਾਵੇਗਾ ਮੌਕੇ ਦੇ ਉੱਪਰ ਘੱਟ ਰੇਟ ਦੇ ਵਿੱਚੋਂ ਜਰੂਰ ਕੀਤਾ ਜਾਵੇਗਾ ਮਾਲਕਾਂ ਨੇ ਨੰਬਰ ਥੱਲੇ ਨੇ ਫੋਟੋਆਂ ਦੇ ਵਿੱਚ ਤੋਂ ਨੂੰ ਜਿਹੜੇ ਸ਼ੋਅ ਕੀਤੇ ਜਾ ਰਹੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਮਾਲਕ ਵੀਰਾਂ ਨੇ ਨਾਲ ਗੱਲ ਕਰ ਸਕਦੇ ਹੋ ਤੇ ਸੌਦਾ ਟਰੈਕਟਰ ਦਾ ਜਿਹੜਾ ਤੁਸੀਂ ਕਰ ਸਕਦੇ ਹੋ ਜੇ ਉਹਨਾਂ ਨੂੰ ਵਧੀਆ ਲੱਗਦਾ ਹੋਵੇ ਅੱਗੇ ਆ ਜਾਂਦੀ ਜੀ ਨਿਊ ਵਸ਼ਕਰਮਾ ਰੀਪਰ ਹੈ ਜੀ ਟੂੜੀ ਵਾਲਾ ਤੇ ਫਿਕਸ ਰੇਟ ਦੇ ਵਿੱਚ ਹੀ ਮਿਲੂਗਾ ਜੀ ਕੋਈ ਘਾਟ ਵਾਟ ਨਹੀਂ ਕੀਤੀ ਜਾਵੇਗੀ 21 ਮਾਡਲ ਦੇ ਵਿੱਚ 21 ਮਾਡਲ ਹੈ ਜੀ ਬਾਕੀ ਸਾਫ਼ ਰੰਗ ਆ ਤੇ ਕੰਮ ਕੋਈ ਨਹੀਂ ਭਾਲਦਾਗਾ ਬਾਕੀ 21 ਮਾਡਲ ਨੱਬ ਏਰੀਆ ਵਿੱਚ ਜਿਹੜੀ ਖਰੀਦੀ ਹੋਈ ਹੈ ਜੀ ਇਹ ਤੂੜੀ ਵਾਲਾ ਰੀਪਰ ਤੇ ਰੇਟ ਹੈਗਾ ਜੀ 237000 ਜਿਹੜਾ ਲੈ ਕੇ ਆਇਆ ਹੋਇਆ ਸੀਗਾ ਆਪਾਂ ਨੂੰ ਤੇ ਇੱਕ ਮੇਰੀ ਖਾਸ ਬੇਨਤੀ ਹੈ ਕਿ ਜਿੰਨੀਆਂ ਵੀ ਐਡਾਂ ਤੁਸੀਂ ਵੇਖਦੇ ਹੋ ਜ਼ਰੂਰੀ ਨਹੀਂ ਕਿ ਇਹ ਸੋਦੇ ਤੁਸੀਂ ਐਡ ਵੇਖੋ ਨਾ ਉਦੋਂ ਖੜੀਆਂ ਹੀ ਮੱਲ ਸੋਣੋ ਇਹ ਸੇਲ ਹੋ ਜਾਂਦੇ ਬਾਈ ਜੀ ਇਹ ਮੈਂ ਦੱਸ ਦੇਣਾ ਚਾਹੁੰਦਾ ਸੇਲ ਆਏ ਹੋ ਜਾਂਦੇ ਕਿਉਂਕਿ ਸਾਡੇ ਕੋਲੇ ਐਡਾਂ ਆਈਆਂ ਨੂੰ ਟਾਈਮ ਹੋ ਜਾਂਦਾ ਜਿਵੇਂ ਜਿਵੇਂ ਵਾਰੀ ਆਉਂਦੀ ਆ ਓਵੇਂ ਓਵੇਂ ਪੈਂਦੀਆਂ ਨੇ ਇੱਕ ਕਈ ਕੀ ਵਾਰ ਟਾਈਮ ਨਹੀਂ ਲੱਗਦਾ ਹਨ ਵੀ ਦਿੱਕਤ ਹੁੰਦੀ ਉਹ ਵੀਡੀਓ ਨਹੀਂ ਪੈਂਦੀ ਉਹਦੇ ਕਰਕੇ ਥੋੜਾ ਬਰਡਨ ਜ਼ਿਆਦਾ ਇਕੱਠਾ ਹੋ ਜਾਂਦਾ ਵਾ ਸੰਧ ਟਰੈਕਟਰ ਥੋੜੇ ਜੇ ਆ ਜ਼ਿਆਦਾ ਇਕੱਠੇ ਹੋ ਜਾਂਦੇ ਆ ਤੇ ਉਸ ਕਰਕੇ ਜਿਹੜੀ ਐਡ ਕਈ ਵੀਰਾਂ ਦੀ ਲੇਟ ਹੋ ਜਾਂਦੀ ਆ ਸੋ ਉਹ ਵੀਰ ਦਿੱਕਤ ਨਾ ਕਰੇ